ਇਸ ਮਸਲੇ 'ਤੇ ਨਸੀਬ ਤਾਂ ਬੋਲਦਾ ਕੁਛ ਚੰਗਾ ਨਹੀਂ ਲੱਗਦਾ, ਹੈ ਨਾ। ਸੋ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ, ਹੋਪ ਸੋ ਸਾਰੇ ਜਾਣੇ ਬਿਲਕੁਲ ਠੀਕ ਹੋਵੋਗੇ। ਅੱਜ ਦੀ ਵੀਡੀਓ ਵਿੱਚ ਰੈਟ ਕਰਨ ਜਾ ਰਹੇ ਹਾਂ ਬਈ ਦਲਜੀਤ ਦੁਸਾਂਝ ਰਿਪਲਾਈ ਟੂ ਨਸੀਬ, ਅਤੇ ਚਾਚਾ ਸਿਨਰੀ ਬਾਈ ਨੇ ਬਣਾਈ ਇਹ ਵੀਡੀਓ, ਅਤੇ ਨਸੀਬ ਨੇ ਬਈ ਹੁਣ ਸਿੰਘ ਫਸਾਲੇ ਦਲਜੀਤ ਦੁਸਾਂਝ ਬਾਈ ਨਾਲ। ਸੋ ਕਰਦੇ ਹਾਂ ਚੈੱਕ ਬਾਈ ਵੀ ਕੀ ਕੀਤਾ ਕੀ ਨਹੀਂ। ਤੁਹਾਨੂੰ ਪਤਾ ਹੈ ਨਾ, ਨਸੀਬ ਥੋੜ੍ਹਾ ਜਿਹਾ ਬੰਦਾ ਇਹੋ ਜਿਹਾ ਹੈ ਨਾ, ਬੰਦਾ ਮਤਲਬ ਅਲੱਗ ਟਾਈਪ ਦਾ ਬੰਦਾ ਹੈ ਨਾ, ਥੋੜ੍ਹੀ ਅਲੱਗ ਸੋਚ ਦਾ ਮਾਲਕ ਹੈਗਾ ਉਹ, ਮਤਲਬ ਇੰਡਸਟਰੀ ਤੋਂ ਹਟ ਕੇ ਸੋਚਦਾ ਕੁਛ, ਅਤੇ ਇਹਦੇ 'ਚ ਪਤਾ ਨਹੀਂ ਕੀ ਸੋਚਿਆ ਹੋਊਗਾ ਬਈ। ਕਰਦੇ ਹਾਂ ਚੈੱਕ, ਮੈਂ ਹਾਲੇ ਤੱਕ ਮੈਨੂੰ ਬਿਲਕੁਲ ਨਹੀਂ ਪਤਾ ਇਹਦੇ ਬਾਰੇ ਵੀ ਕੀ ਹੈ ਕੀ ਨਹੀਂ ਸਿਸਟਮ। ਸੋ ਕਰਦੇ ਹਾਂ ਚੈੱਕ, ਦੇਖਦੇ ਹਾਂਗੇ ਬਈ ਵੀ ਕੀ ਹੁੰਦਾ ਕੀ ਨਹੀਂ। ਸੋ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਇਹਦੀ ਇਹ ਵੀਡੀਓ। ਪੜ ਨਹੀਂ ਦੇਖਿਆ ਤਾਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ। ਫਿਰ ਤੁਹਾਨੂੰ ਦੱਸ ਦਈਏ ਕਿ ਨਸੀਬ ਆਪਣੀ ਸਟੋਰੀਜ਼ ਦੇ ਵਿੱਚ ਲੋਕਾਂ ਵੱਲੋਂ ਆਏ ਮੈਸੇਜਸ ਦੇ ਸਕਰੀਨਸ਼ਾਟ ਲੈ ਕੇ ਅਪਲੋਡ ਕਰ ਰਿਹਾ ਸੀ, ਜਿੱਥੇ ਵਾਈਟ ਦੇ ਵਿੱਚ ਮੈਸੇਜ ਲੋਕਾਂ ਦੇ ਨੇ ਅਤੇ ਬਲੈਕ ਸ਼ੇਡ ਦੇ ਵਿੱਚ ਨਸੀਬ ਦੇ ਸਾਰੀ ਸਕਰੀਨ ਦੇ ਉੱਪਰ ਚੱਲ ਰਹੇ ਨੇ। ਤੁਸੀਂ ਕਿਤੇ ਵੀ ਜਾ ਕੇ ਪੌਜ਼ ਕਰਕੇ ਕੋਈ ਵੀ ਮੈਸੇਜ ਇੱਕ ਪੜ੍ਹ। ਯੂ ਆਰ ਨੈਕਸਟ ਬਲੌਗ ਲਿਸਟ, ਆਈ ਡੋਂਟ ਗਿਵ ਅ ਫੱਕ। ਸਹੀ ਹੈ ਬਾਈ, ਸਹੀ ਹੈ, ਦੇਖ ਸਕਦੇ ਹਾਂ। ਈਵਨ ਕਿ ਨਸੀਬ ਨੇ ਰਵੀ ਸਿੰਘ ਖਾਲਸਾ ਜੀ ਦਾ ਆਈਡੀ ਦਾ ਸਕਰੀਨਸ਼ਾਟ ਵੀ ਪਾਇਆ, ਜਿੱਥੇ ਉਹ ਨਸੀਬ ਨੂੰ ਫੋਲੋ ਕਰਦੇ ਦਿਖਾਈ ਦੇ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ ਸਿੰਘ, ਕੁਛ ਗਲਤ ਨਹੀਂ ਕਿਹਾ। ਐਕਚੁਅਲੀ ਮੀ ਐਂਡ ਮਾਈ ਵਾਈਫ ਵਾਸ ਟਾਕਿੰਗ ਅਬਾਊਟ ਦ ਸੇਮ ਥਿੰਗ ਲਾਈਕ ਅ ਲਿਟਲ ਫਿਊ ਵੀਕਸ ਬੈਕ, ਕਿ ਪਾਇਟਰੀ ਸਿੱਧੂ ਦੀ ਮੌਤ ਡਿਸਕਸ ਕਰ ਰਹੇ ਸੀ। ਜਿਵੇਂ ਸਾਨੂੰ ਤਾਂ ਪੂਰੀ ਤਰ੍ਹਾਂ ਲੱਗਦਾ, ਮੈਨੂੰ ਤਾਂ ਮੇਰੇ ਵਾਈਫ ਨੂੰ, ਕਿ ਉਹੀ ਸ਼ਕਤੀਆਂ ਸਾਨੂੰ ਦਮਾਉਣਾ ਚਾਹੁੰਦੇ ਨੇ, ਜਿਨ੍ਹਾਂ ਦੇ ਆਵਾਜ਼ ਦੇ ਵਿੱਚ ਥੋੜਾ ਬਹੁਤ ਜ਼ਮੀਰ ਜਗਦਾ ਹੋਵੇ, ਤੇ ਜਿਹੜੇ ਸ਼ਕਤੀਆਂ ਇੱਕਦਮ ਕਚਪੁਤਲੀਆਂ ਦੇ ਵਾਂਗੂ ਨਚਾ ਸਕਦੇ ਆ ਸਾਨੂੰ, ਉਹ ਸੇਮ ਸ਼ਕਤੀਆਂ ਹੀ ਨੇ ਜਿਹੜੇ ਦਿਲਜੀਤ ਨੂੰ ਵੀ ਇਨਫਲੂਐਂਸ ਕਰ ਰਹੇ ਆ। ਹੀ ਡਸਨਟ ਹੈਵ ਫਰੀਡਮ ਆਫ ਰਾਈਟਿੰਗ ਹਿਸ ਓਨ ਲਿਰਿਕਸ, ਦੇਅਰ ਇਜ਼ ਨੋ ਐਮਪਾਵਰਮੈਂਟ, ਇਟ ਡਸਨਟ ਰੀਚ ਦ ਹਾਰਟ, ਐਂਡ ਦੈਟਸ ਵਾਟ ਹਾਲੀਵੁੱਡ ਇੰਡਸਟਰੀ ਇਜ਼ ਟ੍ਰਾਈਂਗ ਟੂ ਡੂ। ਇਟਸ ਅ ਸੋਸ਼ਲ ਇੰਜੀਨੀਅਰਿੰਗ, ਦੇ ਆਰ ਟ੍ਰਾਈਂਗ ਟੂ ਪੁੱਟ ਅਸ ਆਲ ਡਾਊਨ, ਸਾਡੀ ਫ੍ਰੀਕੁਐਂਸੀ ਮਾਰਨਾ ਚਾਹੁੰਦੇ ਆ। ਸਹੀ ਤਾਂ ਬਹੁਤ ਬਹੁਤ ਸਹੀ ਗੱਲ ਤੂੰ ਸ਼ੁਰੂ ਕੀਤੀ ਆ ਵੀਰੇ, ਇਹ ਨਹੀਂ ਇਟਸ ਗੁੱਡ ਟੂ ਪੁਆਇੰਟ ਇਟ ਆਊਟ ਕਿ ਯੈਸ ਸਾਡੇ 'ਚ ਇਹੋ ਜਿਹੇ। ਫਿਰ ਤੁਹਾਨੂੰ ਦੱਸ ਦਈਏ ਦਲਜੀਤ ਦੁਸਾਂਝ ਦਾ ਨਸੀਬ ਨੂੰ ਰਿਪਲਾਈ ਆਉਂਦਾ ਵਾ ਆਪਣੀ ਸਟੋਰੀ ਦੇ ਵਿੱਚ ਇਹ ਲਿਖ ਕੇ ਕਿ ਸਭ ਗੋਬਿੰਦ। ਯਾਰ ਇਹ ਉਹ ਯਾਰ ਲੂਮੀਨਾਤੀ ਵਾਲੀਆਂ ਗੱਲਾਂ ਹੀ ਕਰ ਰਹੇ ਆ ਹਨਾ, ਪਾਵਰਾਂ ਪੂਵਰਾਂ ਬਾਰੇ। ਚਲੋ ਇਹਦੇ ਬਾਰੇ ਤਾਂ ਆਪਾਂ ਨੂੰ ਯਾਰ ਜ਼ਰੂਰ ਕੁਛ ਪਤਾ ਹੀ ਨਹੀਂ ਹੈ ਨਾ, ਆਪਾਂ ਆਪਦੇ ਵਿਚਾਰ ਦਿੰਦੇ ਚੰਗੇ ਨਹੀਂ ਲੱਗਦੇ। ਬਾਕੀ ਦੇਖਦੇ ਹਾਂ ਬਾਈ ਨੇ ਕੀ ਕਿਹਾ ਗਾ ਦਲਜੀਤ ਨੇ। ਨਸੀਬ ਵੀਰੇ ਬਹੁਤ ਪਿਆਰ ਤੁਹਾਨੂੰ, ਰੱਬ ਤੁਹਾਨੂੰ ਬਹੁਤ ਬਹੁਤ ਤਰੱਕੀ ਦੇਵੇ ਤੇ ਚੜ੍ਹਦੀ ਕਲਾ 'ਚ ਰੱਖੇ। ਉਹ ਆਪ ਹੀ ਬੋਲ ਰਿਹਾ ਤੇ ਆਪ ਹੀ ਜਵਾਬ ਵੀ ਦੇ ਰਿਹਾ, ਮੇਰੇ ਵੱਲੋਂ ਸਿਰ ਪਿਆਰ ਤੇ ਪਿਆਰ, ਸ਼ੁਕਰ। ਯਾਨੀ ਕਿ ਉਹ ਆਪ ਹੀ ਬੋਲ ਰਿਹਾ ਇੱਥੇ, ਦਲਜੀਤ ਗੋਡ ਰੱਬ ਅਕਾਲ ਪੁਰਖ ਉਹਨਾਂ ਦੀ ਗੱਲ ਕਰ ਰਹੇ ਨੇ। ਫਿਰ ਦਲਜੀਤ ਉਹ ਆਪ ਹੀ ਬੋਲ ਰਿਹਾ ਤੇ ਆਪ ਹੀ ਜਵਾਬ ਦੇ ਰਿਹਾ ਹੈ। ਦਲਜੀਤ ਦੁਸਾਂਝ ਦੁਆਰਾ ਅਗਲੀ ਸਟੋਰੀ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਸਾਰਿਆਂ ਦਿਲਾਂ ਦੇ ਵਿੱਚ ਹੀ ਪਰਮਾਤਮਾ ਬੋਲਦਾ ਹੈ, ਹੂ ਐਲਸ ਸਪੀਕ ਅਦਰ ਦੈਨ ਦੀ ਲਾਰਡ, ਕਿ ਪਰਮਾਤਮਾ ਤੋਂ ਬਿਨਾਂ ਹੋਰ ਕੌਣ ਬੋਲ ਸਕਦਾ। ਥਰਡ ਸਟੋਰੀ ਦੇ ਵਿੱਚ ਦਲਜੀਤ ਦੁਸਾਂਝ ਲਿਖਦਾ ਹੈ ਕਿ ਇੱਕ ਓਮਕਾਰ, ਉਹਦੇ ਬਿਨਾਂ ਕੁਛ ਵੀ ਨਹੀਂ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ, ਨਾਨਕ ਤਿਸ ਬਲਹਾਰ ਨੇ ਜਲ ਥਲ ਮਹਿਲ ਸੋਏ, ਏਕ ਹੈ ਏਕ ਹੈ। ਓਕੇ 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 ਬਾਈ, ਦੇ ਕਹਿਣ ਦਾ ਮਤਲਬ ਇਹ ਆ ਹਨਾ ਵੀ ਸਿਰਫ ਰੱਬ ਹੀ ਆ ਹਨਾ, ਸ਼ੈਤਾਨ ਸ਼ਤੂਨ ਇਹੋ ਜਿਹਾ ਕੁਛ ਨਹੀਂ, ਲੂਮੀਨਾਤੀ ਸਾਰਾ ਕੁਛ ਉਹ ਫੇਕ ਆ ਹਨਾ, ਮਤਲਬ ਇਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਬੰਦਾ। ਏਕ ਹੈ ਯਾਨੀ ਕਿ ਤਿੰਨਾਂ ਸਟੋਰੀਜ਼ ਦੇ ਵਿੱਚ ਦਲਜੀਤ ਦੁਸਾਂਝ ਦਾ ਕਹਿਣਾ ਇਹ ਹੈ ਕਿ ਇੱਥੇ ਇੱਦਾਂ ਦੀ ਕੋਈ ਚੀਜ਼ ਨਹੀਂ ਹੈ, ਸ਼ੈਤਾਨ ਵਗੈਰਾ, ਸਾਰਿਆਂ ਦੇ ਅੰਦਰ ਪਰਮਾਤਮਾ ਹੈ ਅਤੇ ਪਰਮਾਤਮਾ ਇੱਕ ਹੀ ਹੈ। ਜਿਸ ਤੋਂ ਬਾਅਦ ਨਸੀਬ ਨੇ ਸਟੋਰੀ ਵਿੱਚ ਦਲਜੀਤ ਦੁਸਾਂਝ ਨੂੰ ਰਿਪਲਾਈ ਕਰਦੇ ਹੋਏ ਲਿਖਿਆ, ਸਿੱਖੀ ਇਜ਼ ਸੁਪੀਰੀਅਰ ਬਿਗ ਬ੍ਰਦਰ, ਮੈਂ ਬਸ ਤੁਹਾਡੇ ਵਿਚਾਰ ਹੀ ਡੀਕ ਰਿਹਾ ਸੀ, ਐਮ ਗੋਨਾ ਡਿਲੀਟ ਇਟ ਲੇਟਰ। ਈਵਨ ਨਸੀਬ ਨੇ ਇੱਕ ਆਡੀਓ ਮੈਸੇਜ ਵੀ ਅਪਲੋਡ ਕੀਤਾ ਸਟੋਰੀ ਦੇ ਵਿੱਚ, ਜੋ ਤੁਸੀਂ ਅੱਗੇ ਸੁਣ ਸਕਦੇ ਹੋ। ਨਾ ਤਾਂ ਦਲਜੀਤ ਬਾਈ ਤੁਸੀਂ ਮੈਸੇਜਾਂ 'ਚ ਜਵਾਬ ਦਿੰਦੇ ਹੋ, ਨਾ ਤੁਹਾਡੀ ਮੈਨੇਜਰ ਸੋਨਾਲੀ ਸਿੰਘ ਜਵਾਬ ਦਿੰਦੀ ਹੈ, ਹੁਣ ਤੁਸੀਂ ਸਟੋਰੀ ਪਰ
ਜਾ ਰਹੇ ਹੋ ਕਿ ਸਭ ਕੁਛ ਰੱਬ ਕਹਾ ਰਿਹਾ ਵਿੱਚੋਂ, ਤਾਂ ਬਾਈ ਡੋਂਟ ਲਾਈਕ ਆਹ ਚੀਜ਼ਾਂ ਛੱਡ ਦਿਓ, ਧਰਮ ਵੱਲ ਦੇਖੀਏ ਥੋੜ੍ਹਾ ਜਿਹਾ। ਆਪਾਂ ਬਹੁਤ ਬੈਟਰ ਬਣਾ ਸਕਦੇ ਹਾਂ, ਕੇਸ ਵਧਾ ਕੇ ਪੱਗ ਬੰਨ ਸਕਦੇ ਹਾਂ ਆਪਾਂ, ਤਾਂ ਕਿ ਕੱਲ੍ਹ ਨੂੰ ਗੋਰਾ ਕੋਈ ਪੁੱਛੇ ਕਿ ਯੂ ਆਰ ਰੀਅਲ ਅਤੇ ਆਪਾਂ ਉਹਨੂੰ ਕੁਛ ਦੱਸ ਸਕੀਏ। ਤੁਸੀਂ ਵੈਰੀ ਗੁੱਡ, ਜੇ ਕੋਈ ਹੋਰ ਚਾਹੀਦਾ ਬੰਦਾ ਇਹ ਗੱਲ ਕਵੇ ਤਾਂ ਚੱਲ ਆਪਾਂ ਮੰਨ ਵੀ ਲੱਗੇ। ਇਹ ਗੱਲ ਕਹਿਗਾ ਰਿਹਾ ਜਿਹੜੇ ਬੰਦੇ ਨੇ ਕੁਛ ਟਾਈਮ ਪਹਿਲਾਂ ਇਹ ਗੱਲ ਕਹੀ ਸੀਗੀ ਵੀ, ਜਦੋਂ ਕਿਸੇ ਨੇ ਪੁੱਛਿਆ ਸੀਗਾ ਇਹਨੂੰ ਵੀ ਤੁਸੀਂ ਕਿਉਂ ਪੱਗ ਬੰਨਦੇ ਹੋ, ਹੈ ਨਾ, ਤਾਂ ਕਹਿੰਦਾ ਵੀ ਵੀ ਜ਼ਿਆਦਾ ਕੁੜੀਆਂ ਉਹ ਹੁੰਦੀਆਂ ਹੈ ਨਾ ਇਹਦੇ ਨਾਲ ਅਟਰੈਕਟ ਹੁੰਦੀਆਂ, ਅਤੇ ਮੋਰ ਮਣੀ ਮੋਹ ਗਰਲਸ, ਪਤਾ ਨਹੀਂ ਇੱਦਾਂ ਦੀ ਕੋਈ ਗੱਲ ਬੋਲੀ ਸੀਗੀ। ਅਤੇ ਉਹ ਬੰਦਾ ਕਿਸੇ ਨੂੰ ਸਲਾਹ ਦੇ ਰਿਹਾ ਯਾਰ, ਕੀ ਕਹਾਂ ਯਾਰ ਮੈਂ ਹੁਣ, ਮੈਥੋਂ ਬਹੁਤ ਵੱਡੇ ਹੋ ਬਾਈ, ਦੈਟਸ ਇਟ। ਮੇਰੇ ਮੈਸੇਜ ਭਰੇ ਪਏ ਆ, ਲੋਕੀ ਮੈਨੂੰ ਗਾਲਾਂ ਕੱਢ ਰਹੇ ਆ, ਬਟ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਇਹ ਸੱਚ ਆ ਕਿਤੇ ਨਾ ਕਿਤੇ। ਜਿਵੇਂ ਤੁਸੀਂ ਕਿਹਾ ਕਿ ਗੋਵਿੰਦ ਮੇਰੇ ਚੋਂ ਆਪ ਕਹਾ ਰਿਹਾ, ਦੈਟਸ ਦਾ ਫੈਕਟ ਬ੍ਰੋ, ਦੈਟਸ ਇਟ, ਦੈਟਸ ਦਾ ਫੈਕਟ ਬ੍ਰੋ, ਦੈਟਸ ਦਾ ਫੈਕਟ। ਵੀ ਬ੍ਰੋ ਤੀਜੇ ਕੁ ਦਿਨ ਕਿਸੇ ਨਾਲ ਸਿੰਘ ਫਸਾ ਲੈਂਦੇ ਹੋ, ਤੁਸੀਂ ਆਪਦਾ ਕੰਮ ਕਰੋ, ਗਾਣੇ ਗੁਣੇ ਕੱਢੋ ਵਧੀਆ, ਤਾਂ ਕਿ ਲੋਕ ਸਪੋਰਟ ਕਰਨ, ਅਸੀਂ ਵੀ ਸਪੋਰਟ ਕਰੀਏ ਸਾਰੇ ਜਾਣੇ ਤੁਹਾਡੀ। ਅਤੇ ਕੀ ਰੱਖਿਆ ਇਹਨਾਂ ਚੀਜ਼ਾਂ 'ਚ, ਜਿਹੜਾ ਕੁਛ ਜੋ ਵੀ ਕਰਦਾ ਤੁਸੀਂ ਕਰੀ ਜਾਣ ਦਿਓ, ਤੁਹਾਡੇ ਤੁਹਾਨੂੰ ਉਹਦੇ ਨਾਲ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ ਤਾਂ। ਚਲੋ ਜੇ ਬਾਏ ਚਾਂਸ ਆਪਾਂ 1% ਮੰਨ ਵੀ ਲੱਗੇ ਵੀ ਦਲਜੀਤ ਅਲੂਮੀ ਨੱਤਗਣਾ ਰਲ ਗਿਆ, ਤਾਂ ਬਾਈ ਤੁਹਾਡੇ ਕੀ ਪੈਰ ਮੈਂ ਅੱਧਦਾ ਉਹ ਫਿਰ, ਠੀਕ ਆ ਨਾ। ਸੋ ਐਵੇਂ ਬੜਿਆ ਨਹੀਂ ਚੱਕਰਾਂ 'ਚ ਪਈਦਾ ਹੁੰਦਾ। ਅਤੇ ਬਸ ਇਹੀ ਸੀਗੀ ਬਸ ਵੀਡੀਓ ਯਾਰ ਆਪਣੀ। ਅਤੇ ਵੈਸੇ ਮੇਰੇ ਹਜੇ ਬਾਹਲਾ ਚੰਗੀ ਤਰ੍ਹਾਂ ਹਜੇ ਮੇਰੇ ਵੀ ਪੱਲੇ ਨਹੀਂ ਪਈ ਗੱਲ ਵੀ ਬਾਈ ਕੀ ਕਹਿਣਾ ਚਾਹੁੰਦੇ ਆ ਕੀ ਨਹੀਂ, ਬਸ ਜਿੰਨਾ ਕੁ ਮੈਨੂੰ ਲੱਗਿਆ ਵੀ ਲੂਮੀ ਨਾਤੀ ਵਾਲਾ ਚੱਕਰ ਹੀ ਹੈਗਾ, ਅਤੇ ਵੀ ਉਹ ਉਹਨੂੰ ਕਹਿ ਰਿਹਾ ਜਾਂ ਜੋ ਵੀ ਆ ਸਿਸਟਮ, ਸੋ ਚੱਲੀ ਜਾਂਦਾ। ਬਾਕੀ ਪੱਗ ਵਾਲੀ ਗੱਲ ਆ ਜਿਹੜੀ ਉਹ ਮੈਂ ਕਲੀਅਰ ਕਰ ਚੁੱਕਿਆ ਤੁਹਾਡੇ ਨਾਲ, ਵੀ ਇਸ ਮਸਲੇ 'ਤੇ ਨਸੀਬ ਤਾਂ ਬੋਲਦਾ ਕੁਛ ਚੰਗਾ ਨਹੀਂ ਲੱਗਦਾ, ਹੈ ਨਾ। ਸੋ ਬਾਕੀ ਯਾਰ ਇਹੀ ਸੀਗੀ ਵੀਡੀਓ ਬਾਈ, ਤੁਸੀਂ ਦੱਸੋ ਤੁਹਾਨੂੰ ਵੀਡੀਓ ਕਿਵੇਂ ਲੱਗੀ, ਅਤੇ ਆਪਦੇ ਵਿਚਾਰ ਜ਼ਰੂਰ ਦਿਓ ਯਾਰ। ਬਾਕੀ ਜੇ ਮੈਨੂੰ ਕੁਛ ਗੱਲ ਦੀ ਨਹੀਂ ਸਮਝ ਲੱਗੀ ਤਾਂ ਯਾਰ ਕਮੈਂਟਾਂ ਦੇ ਵਿੱਚ ਲਿਖ ਕੇ ਜ਼ਰੂਰ ਦੱਸਿਓ, ਹੈ ਨਾ, ਵੀ ਕੀ ਹਿਸਾਬ ਕਿਤਾਬ ਸੀਗਾ ਸਾਰਾ, ਅਤੇ ਜਿੰਨਾ ਕੁ ਮੈਨੂੰ ਲੱਗਿਆ ਪਤਾ, ਹੈ ਨਾ, ਤਾਂ ਮੁੰਨਾ ਕੇ ਤੁਹਾਡੇ ਨਾਲ ਕੀਤੀ ਹੈ ਗੱਲ। ਅਤੇ ਬਾਕੀ ਤੁਸੀਂ ਦੱਸੋ ਬਾਈ ਆਪਦੇ ਵਿਚਾਰ ਜ਼ਰੂਰ ਦਿਓ ਤਰਕ ਦੇ ਆਧਾਰ 'ਤੇ। ਬਸ ਇਹੀ ਸੀਗੀ ਵੀਡੀਓ, ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਥੈਂਕਸ ਫੋਰ ਵਾਚਿੰਗ ਗਾਈਜ਼।